ਸੋ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਸੰਗਤ ਮੰਗ ਰੱਬ ਦੇ ਪਿਆਰਿਆਂ ਦੀ ਸੰਗਤ ਮੰਗ ਰੱਬ ਕੋਲੋਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਵੇਖ ਕੇ ਅਣਡਿੱਠ ਕੀਤਾ ਧਰਮ ਨਹੀਂ ਹਾਰਿਆ ਜਿਨ੍ਹਾਂ ਨੇ ਧਰਮ ਨੂੰ ਹਾਰਿਆ ਨਹੀਂ ਬਲਕਿ ਧਰਮ ਨੂੰ ਕਮਾਇਆ ਹੈ ਖਾਲਸਾ ਜੀ ਸਿੱਖ ਦੇ ਘਰ ਵਿੱਚ ਕੋਈ ਜਨਮ ਲਵੇ ਆਪਣੇ ਆਪ ਨੂੰ ਸਿੱਖ ਘਵਾਵੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਆਮ ਜੀ ਗੱਲ ਹੈ ਸਿੱਖੀ ਮਿਲ ਜਾਣੀ ਇੱਕ ਵੱਖਰੀ ਬਾਤ ਹੁੰਦੀ ਹੈ ਪਰ ਸਿੱਖੀ ਕਮਾ ਲੈਣੀ ਇੱਕ ਵੱਖਰੀ ਬਾਤ ਹੁੰਦੀ ਹੈ ਸਿਰ ਤੇ ਦਸਤਾਰ ਸਜਾ ਲੈਣੀ ਇੱਕ ਵੱਖਰੀ ਬਾਤ ਹੈ ਪਰ ਉਹ ਦਸਤਾਰ ਪੱਗ ਸਿਰ ਤੇ ਸਜਾ ਕੇ ਉਸ ਦਸਤਾਰ ਨੂੰ ਆਪਣੇ ਜੀਵਨ ਵਿੱਚ ਕਮਾ ਲੈਣਾ ਉਹਦੇ ਵਿੱਚ ਸਾਰਾ ਜੀਵਨ ਹੀ ਲੱਗ ਜਾਂਦਾ ਹੈ। ਤਨ ਦੇ ਉੱਤੇ ਬਾਣਾ ਪਾ ਕੇ ਧਰਮੀ ਬਣਨਾ ਬਹੁਤ ਸਖੈਲੀ ਬਾਤ ਹੁੰਦੀ ਹੈ। ਪਰ ਇਹ ਬਾਣੇ ਨੂੰ ਕਮਾ ਲੈਣਾ ਇਹਦੇ ਵਾਸਤੇ ਹੰਕਾਰ ਨਹੀਂ ਰੋਜ਼ਾਨਾ ਨਿਵਾਣਾ ਪਾਣੀ ਚਾਹੀਦਾ। ਸੋ ਇਸ ਕਰਕੇ ਜਿਨ੍ਹਾਂ ਨੂੰ ਸਿੱਖੀ ਮਿਲੀ ਹੈ ਆਪਾਂ ਸਾਰੇ ਅਰਦਾਸ ਕਰੀਏ ਕਿ ਅਸੀਂ ਸਿੱਖੀ ਕਮਾ ਵੀ ਸਕੀਏ। ਕਿਉਂਕਿ ਜਿਨ੍ਹਾਂ ਨੇ ਸਿੱਖੀ ਕਮਾਈ ਨਾ ਉਹਨਾਂ ਧਰਮ ਹਾਰਿਆ ਨਹੀਂ ਉਹਨਾਂ ਨਿਤਨੇਮ ਛੱਡਿਆ ਨਹੀਂ ਭਾਵੇਂ ਬੰਦ-ਬੰਦ ਕਟਵਾਏ ਗਏ ਭਾਵੇਂ ਖੋਪੜੀਆਂ ਲੁਵਾਈਆਂ ਗਈਆਂ ਚਰਖੜੀਆਂ ਤੇ ਚੜ ਗਏ ਪਰ ਉਹਨਾਂ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ ਅੱਜ ਅੰਮ੍ਰਿਤ ਵੇਲੇ ਜਾਗ ਨਾ ਖੁੱਲੇ ਲੰਮਾ ਅਰਸਾ ਬੀਤ ਜਾਂਦਾ ਜਪਜੀ ਸਾਹਿਬ ਦਾ ਪਾਠ ਕੀਤਿਆਂ ਵਾਹਿਗੁਰੂ ਜਪ ਸਾਹਿਬ ਦਾ ਪਾਠ ਕੀਤਿਆਂ ਕਵੀ ਸੰਤੋਖ ਸਿੰਘ ਜੀ ਨੂੰ ਪੁੱਛਿਆ ਕਿ ਗੁਰੂ ਕੇ ਸਿੱਖ ਦੀ ਨਿਸ਼ਾਨੀ ਕੀ ਹੈ ਉਹ ਕਹਿੰਦੇ ਵੀ ਕਿਸੇ ਨੇ ਬਹੁਤ ਸੋਨਾ ਬਾਣਾ ਪਾਇਆ ਹੋਵੇ ਦਸਤਾਰ ਸਜਾਈ ਹੋਵੇ ਕਵੇ ਮੈਂ ਗੁਰੂ ਕਾ ਸਿੱਖਾਂ ਭਰੋਸਾ ਨਾ ਕਰਿਓ ਕਹਿੰਦੇ ਜੇ ਕੋਈ ਬਾਣਾ ਪਾ ਲਵੇ ਦਸਤਾਰ ਸਜਾ ਲਵੇ ਕਕਾਰ ਪਾ ਲਵੇ ਕਵੇ ਮੈਂ ਸਿੱਖ ਸੱਜ ਗਿਆ ਭਰੋਸਾ ਨਾ ਕਰਿਓ ਆਪਣੇ ਕੋਲ ਬਿਠਾ ਕਰਕੇ ਉਸ ਤੋਂ ਜ਼ੁਬਾਨੀ ਜਪਜੀ ਸਾਹਿਬ ਦਾ ਪਾਠ ਸੁਣ ਲਿਓ ਜੇ ਤੇ ਜ਼ੁਬਾਨੀ ਕੰਠ ਜਪਜੀ ਸਾਹਿਬ ਦਾ ਪਾਠ ਸੁਣਾ ਗਿਆ ਫਿਰ ਤੇ ਗੁਰਨਾਨਕ ਦਾ ਹੀ ਸਿੱਖ ਹੈ ਪਰ ਜੇ ਜਪਜੀ ਸਾਹਿਬ ਦਾ ਪਾਠ ਵੀ ਜ਼ੁਬਾਨੀ ਕੰਠ ਨਾ ਹੋਇਆ ਫਿਰ ਚੋਲਾ ਦੇ ਫੱਕ ਦੀ ਨਿਆਈ ਹੈ ਫਿਰ ਭੇਖੀ ਹੈ ਫਿਰ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਘਟਿਓ ਬਾਸ ਨਰਕ ਮੋਲੀਨ ਸੋ ਇਸ ਕਰਕੇ ਜਤਨ ਇਹ ਆਪਾਂ ਕਰੀਏ ਕਿ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮੀ ਹੋਈਏ ਸਿਮਰਨ ਦੇ ਅਭਿਆਸੀ ਹੋਈਏ ਮੂਲ ਮੰਤਰ ਦੇ ਅਭਿਆਸੀ ਹੋਈਏ ਸਤਿਗੁਰੂ ਕਹਿੰਦੇ ਇਸ ਕਰਕੇ ਪ੍ਰਮਾਤਮਾ ਤੋਂ ਦਾਨ ਮੰਗ ਇਹ ਅਰਜ਼ੋਈ ਕਰ ਕਿ ਮੈਂ ਕਿਸੇ ਸਾਖਤ ਦੇ ਮੱਥੇ ਨਾ ਲੱਗਾ ਬਲਕਿ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਰੱਬ ਦੇ ਪਿਆਰਿਆਂ ਦੀ ਸੰਗਤ ਜਦੋਂ ਮਿਲੇਗੀ ਤਾਂ ਜੀਵਨ ਵਿੱਚ ਬਦਲਾਅ ਆਵੇਗਾ ਜੀਵਨ ਵਿੱਚ ਕ੍ਰਾਂਤੀ ਆਵੇਗੀ ਮੈਂ ਇੱਕ ਵਚਨ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਆਪ ਜੀ ਦੇ ਸਨਮੁਖ ਰੱਖਾਂ ਦਾਸ ਨੇ ਇੱਕ ਵਾਰ ਮਨਜੀਤ ਸਾਹਿਬ ਵੀ ਇਹ ਬੇਨਤੀ ਕੀਤੀ ਸੀ ਕਿ ਭਾਈ ਵੀਰ ਸਿੰਘ ਦੇ ਜੀਵਨ ਦੀ ਇਹ ਘਟਨਾ ਹੈ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬਾਲ ਅਵਸਥਾ ਵਿੱਚ ਸਨ ਬਾਲਕ ਸਨ ਛੋਟੀ ਆਯੂ ਸੀ ਤਾਂ ਉਹ ਕਹਿੰਦੇ ਨੇ ਮੈਂ ਰੱਬ ਦੇ ਨਾਲ ਕਿਵੇਂ ਜੁੜਿਆ ਮੈਂ ਉਹਦੇ ਬਾਰੇ ਦੱਸਦਾ ਭਾਈ ਵੀਰ ਸਿੰਘ ਆਪਣੇ ਨਾਨਾ ਜੀ ਦੇ ਘਰ ਰਿਆ ਕਰਦੇ ਸਨ ਕਹਿੰਦੇ ਇੱਕ ਦਿਨ ਮੇਰੇ ਨਾਨਾ ਜੀ ਦੇ ਕੋਈ ਮਿੱਤਰ ਦੋਸਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਘਰ ਰਹਿਣ ਲਈ ਆਏ ਤਾਂ ਕਹਿੰਦੇ ਨੇ ਮੇਰੇ ਨਾਨਾ ਜੀ ਨੇ ਉਹਨਾਂ ਦਾ ਆਸਣ ਮੇਰੇ ਹੀ ਕਮਰੇ ਵਿੱਚ ਲਾ ਦਿੱਤਾ ਸੰਧਿਆ ਦਾ ਸਮਾਂ ਸੀ ਕਹਿੰਦੇ ਸ਼ਾਮ ਨੂੰ ਜਦੋਂ ਉਹ ਕਮਰੇ ਵਿੱਚ ਆਏ ਆਸਣ ਤੇ ਬੈਠੇ ਉਹਨਾਂ ਨੇ ਚੌਂਕੜਾ ਲਾਇਆ ਅੱਖਾਂ ਬੰਦ ਕੀਤੀਆਂ ਤੇ ਉਹਨਾਂ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਭਾਈ ਵੀਰ ਸਿੰਘ ਲਿਖਦੇ ਨੇ ਮੈਨੂੰ ਉਸ ਦਿਨ ਪਤਾ ਲੱਗਾ ਵੀ ਕਰਹੇ ਭਗਤ ਆਤਮ ਕਹ ਚਾਏ ਆਤਮਾ ਦੇ ਚਾ ਨਾਲ ਚਾ ਨਾਲ ਭਗਤੀ ਕੀ ਹੁੰਦੀ ਹੈ ਚਾ ਨਾਲ ਬਾਣੀ ਪੜ੍ਹਨੀ ਕੀ ਹੁੰਦੀ ਹੈ ਕਹਿੰਦੇ ਇਸ ਤਰ੍ਹਾਂ ਜਦੋਂ ਰਹਿਰਾਜ ਸਾਹਿਬ ਜੀ ਦਾ ਨੇਤਰ ਬੰਦ ਕਰਕੇ ਪਾਠ ਕਰ ਰਹੇ ਸਨ ਜਿਉਂ-ਜਿਉਂ ਬਾਣੀ ਦਾ ਪਾਠ ਕਰ ਰਹੇ ਸਨ ਉਹਨਾਂ ਦੇ ਚਿਹਰੇ ਦੇ ਉੱਤੇ ਪ੍ਰਤਾਪ ਵੱਧ ਰਿਹਾ ਸੀ ਲਾਲੀ ਆ ਰਹੀ ਸੀ ਤੇ ਕਹਿੰਦੇ ਇਸ ਤਰ੍ਹਾਂ ਬਾਣੀ ਪੜ ਰਹੇ ਸਨ ਜਿਵੇਂ ਸਾਹਮਣੇ ਗੁਰੂ ਰਾਮਦਾਸ ਬੈਠੇ ਹੋਣ ਤੇ ਗੁਰੂ ਰਾਮਦਾਸ ਨੂੰ ਕਹਿ ਰਹੇ ਹੋਣ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਕਹਿੰਦੇ ਬੜੇ ਪਿਆਰ ਨਾਲ ਬਾਣੀ ਉਹਨਾਂ ਨੇ ਪੜ੍ਹੀ। ਉਸ ਤੋਂ ਬਾਅਦ ਦਰਸ਼ਨਾਂ ਲਈ ਗਏ ਵਾਪਸ ਪਰਤੇ ਅੰਮ੍ਰਿਤ ਵੇਲਾ ਸੀ। ਕਹਿੰਦੇ ਕਮਰੇ ਵਿੱਚ ਵੈਸੇ ਹਨੇਰਾ ਸੀ। ਪਰ ਕਹਿੰਦੇ ਉਹ ਜਦੋਂ ਅੰਮ੍ਰਿਤ ਵੇਲੇ ਸਿਮਰਨ ਕਰਨ ਲੱਗੇ ਉਹਨਾਂ ਨੇ ਇੰਨੇ ਕੇ ਚਾਹ ਦੇ ਨਾਲ ਇੰਨਾ ਕੇ ਪ੍ਰੇਮ ਦੇ ਨਾਲ ਵਾਹਿਗੁਰੂ ਨੂੰ ਜਪਿਆ ਕਿ ਭਾਵੇਂ ਪਹਿਲਾਂ ਕਮਰੇ ਵਿੱਚ ਹਨੇਰਾ ਸੀ ਪਰ ਜਦ ਸਿਮਰਨ ਕਰ ਰਹੇ ਸਨ ਉਹਨਾਂ ਦੇ ਚਿਹਰੇ ਦੇ ਪ੍ਰਤਾਪ ਨਾਲ ਕਮਰੇ 'ਚ ਪ੍ਰਕਾਸ਼ ਹੋ ਰਿਹਾ ਸੀ ਕਹਿੰਦੇ ਇਸ ਤਰ੍ਹਾਂ ਉਹ 2 ਦਿਨ ਰਹੇ ਉਹਨਾਂ ਨੇ ਬਾਣੀ ਪੜ੍ਹੀ ਸਿਮਰਨ ਕੀਤਾ ਉਹ ਚਲੇ ਗਏ ਉਹ ਤਾਂ ਚਲੇ ਗਏ ਪਰ ਕਹਿੰਦੇ ਮੈਂ ਜਦੋਂ ਬਾਅਦ ਵਿੱਚ ਸਕੂਲ 'ਚ ਵੀ ਜਾਣਾ ਬੱਚਿਆਂ ਦੇ ਨਾਲ ਵੀ ਬੈਠਣਾ ਤਾਂ ਮੇਰੇ ਕੰਨਾਂ ਵਿੱਚ ਉਹਨਾਂ ਦੀ ਪੜ੍ਹੀ ਹੋਈ ਬਾਣੀ ਦੇ ਬੋਲ ਗੂੰਜਨੇ ਕੀਤਾ ਹੋਇਆ ਸਿਮਰਨ ਵਾਹਿਗੁਰੂ 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 ਕੰਨਾਂ ਵਿੱਚ ਚੱਲਣਾ ਤੇ ਮੈਂ ਮਨ ਵਿੱਚ ਸੋਚਣਾ ਕਦੇ ਮੈਂ ਵੀ ਇਸ ਤਰ੍ਹਾਂ ਬਾਣੀ ਪੜ ਸਕਾਂਗਾ ਬਸ ਗੁਰੂ ਕਾ ਸਿੱਖ ਬਾਣੀ ਹੀ ਇਸ ਤਰ੍ਹਾਂ ਪੜੇ ਕਿ ਇੱਕ ਸਿੱਖ ਨੂੰ ਬਾਣੀ ਪੜਦੇ ਹੋਏ ਨੂੰ ਵੇਖ ਕੇ ਦੂਜੇ ਦਾ ਜੀਵਨ ਬਦਲ ਜਾਵੇ ਜਿਹੜਾ ਬਾਣੀ ਪੜਨ ਵਾਲਾ ਹੁੰਦਾ ਹੈ ਨਾ ਕਮਾਈ ਵਾਲਾ ਹੁੰਦਾ ਹੈ ਉਹ ਮੇਰੀ ਤਰ੍ਹਾਂ ਦੋ ਕਿਤਾਬਾਂ ਪੜ ਕੇ ਬਹੁਤਾ ਉਪਦੇਸ਼ ਨਹੀਂ ਦਿੰਦਾ ਬਾਣੀ ਪੜਨ ਵਾਲੇ ਦੇ ਜੀਵਨ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਜੀਵਨ ਵਿੱਚ ਬਦਲਾਅ ਆ ਜਾਂਦਾ ਹੈ ਭਾਈ ਜੋਧ ਜੀ ਬਾਣੀ ਪੜਦੇ ਸਨ ਭਾਈ ਲੈਣਾ ਜੀ ਦਾ ਗੁਰੂ ਨਾਨਕ ਦੇ ਨਾਲ ਮੁਹੱਬਤ ਹੋ ਗਈ ਇਸੇ ਕਰਕੇ ਇੱਕ ਉਰਦੂ ਦੇ ਵਿਦਵਾਨ ਨੇ ਕਿਹਾ ਖੁਦਾ ਤੇਰੀ ਬਜ਼ਮ ਨੇ ਇਸ ਅੰਦਾਜ਼ ਸੇ ਲੂਟਾ ਮੁਜ ਕੋ ਕਿ ਅਹਿਲੇ ਹਜ਼ੂਮ ਮੇਂ ਵੀ ਮੇਰੀ ਤਨਹਾਈ ਨਹੀਂ ਜਾਂਦੀ ਭਾਵੇਂ ਇਸ ਤਰ੍ਹਾਂ ਬਾਣੀ ਪੜੇ ਸੋ ਭਾਈ ਵੀਰ ਸਿੰਘ ਕਹਿੰਦੇ ਕਿ ਜੀਵਨ ਦੇ ਵਿੱਚ ਉਹਨਾਂ ਦੀ ਸੰਗਤ ਹੀ ਐਸੀ ਸੀ ਜਿਨੇ ਬੰਦਗੀ ਲਈ ਪ੍ਰੇਰਿਆ ਭਜਨ ਲਈ ਪ੍ਰੇਰਿਆ ਇਸ ਕਰਕੇ ਗੁਰੂ ਕੇ ਸਿੱਖ ਨੂੰ ਚਾਹੀਦਾ ਉਹਨਾਂ ਦੀ ਹੀ ਸੰਗਤ ਕਰੇ ਜਿਹੜੇ ਸਦਾ ਬਾਣੀ ਨਾਲ ਜੁੜਨ ਦਾ ਉਪਦੇਸ਼ ਕਰਦੇ ਨੇ